ਇੱਕ ਜੇਈ ਨੂੰ 7000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀ ਕਾਬੂ ਕੀਤਾ ਗਿਆ। ਦੱਸਦੇ ਕਿ ਵਿਜੀਲੈਂਸ ਵਿਭਾਗ ਦੀ ਟੀਮ ਦੇ ਵੱਲੋਂ ਇਹ ਕਾਰਵਾਈ ਕੀਤੀ ਗਈ ਹੈ। ਦਰਅਸਲ ਜੇਈ ਦੇ ਵੱਲੋਂ ਇੱਕ ਪਿੰਡ ਦੇ ਵਿੱਚ ਟਰਾਂਸਫਾਰਮਰ ਲਗਾਉਣ ਦੇ ਨਾਂ ਤੇ 10000 ਰੁਪਏ ਦੀ ਲੋਕਾਂ ਦੇ ਕੋਲੋਂ ਰਿਸ਼ਵਤ ਦੀ ਮੰਗ ਕੀਤੀ ਗਈ ਸੀ, ਜਿਸ ਤੋਂ ਬਾਅਦ ਪਿੰਡ ਦੇ ਇੱਕ ਵਿਅਕਤੀ ਨੇ ਹੋਰ ਲੋਕਾਂ ਦੇ ਘਰਾਂ ਦੇ ਵਿੱਚੋਂ ਪੈਸੇ ਇਕੱਠੇ ਕਰਕੇ ਕਿਹਾ ਜਾ ਰਿਹਾ ਕਿ ਜਦੋਂ ਜੇਈ ਨੂੰ ਦੇਣ ਦੇ ਲਈ ਗਿਆ ਤਾਂ ਉਸਨੇ ਪਹਿਲਾਂ ਫਾਜ਼ਿਲਕਾ ਦੇ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਦੇ ਨਾਲ ਇਹ ਗੱਲਬਾਤ ਕੀਤੀ ਅਤੇ ਜੇਈ ਦੀ ਸ਼ਿਕਾਇਤ ਦਿੱਤੀ, ਜਿਸ ਤੋਂ ਬਾਅਦ ਨਰਿੰਦਰਪਾਲ ਸਿੰਘ ਸਵਨਾ ਨੇ ਵਿਜੀਲੈਂਸ ਵਿਭਾਗ ਦੇ ਅਧਿਕਾਰੀਆਂ ਨੂੰ ਇਸ ਸੰਬੰਧੀ ਸੂਚਨਾ ਦਿੱਤੀ ਅਤੇ ਮੌਕੇ ਦੇ ਉੱਤੇ ਜਦੋਂ ਜੇਈ ਨੂੰ 7000 ਰੁਪਏ ਦੀ ਰਿਸ਼ਵਤ ਦਿੱਤੀ ਗਈ ਤਾਂ ਮੌਕੇ ਦੇ ਉੱਤੇ ਹੀ ਵਿਜੀਲੈਂਸ ਵਿਭਾਗ ਦੇ ਅਧਿਕਾਰੀਆਂ ਨੇ ਉਸਨੂੰ ਕਾਬੂ ਕਰ ਲਿਆ ਤੇ ਰੰਗੇ ਹੱਥੀ ਉਸਨੂੰ ਕਾਬੂ ਕੀਤਾ ਗਿਆ। ਫਿਲਹਾਲ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਤੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਤਾਂ ਫਾਜ਼ਿਲਕਾ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਰਿਸ਼ਵਤ ਲਈ ਗਈ ਹੈ 7000 ਰੁਪਏ ਦੀ ਜੇਈ ਦੇ ਵੱਲੋਂ ਟਰਾਂਸਫਾਰਮਰ ਲਗਾਉਣ ਦੇ ਨਾਮ ਦੇ ਉੱਤੇ 10000 ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ ਗਈ ਸੀ। ਹਾਲਾਂਕਿ ਜਿਸ ਵਿਅਕਤੀ ਦੇ ਵੱਲੋਂ ਇਹ ਰਿਸ਼ਵਤ ਦਿੱਤੀ ਗਈ ਹੈ ਉਸਦਾ ਕਹਿਣਾ ਹੈ ਕਿ ਉਹ ਪਿੰਡ ਦੇ ਵਿੱਚ ਟਰਾਂਸਫਾਰਮਰ ਲਗਵਾਉਣ ਦੇ ਲਈ 2 ਮਹੀਨਿਆਂ ਤੋਂ ਭੱਜ ਰਹੇ ਸੀ, ਪਰ ਇਸ ਜੇਈ ਦੇ ਵੱਲੋਂ ਪਹਿਲਾਂ ਤਾਂ ਸਿੱਧੇ ਮੂੰਹ ਇਹਨਾਂ ਦੇ ਨਾਲ ਗੱਲ ਨਹੀਂ ਕੀਤੀ ਗਈ ਤੇ ਫਿਰ ਇਹਨਾਂ ਦੇ ਨਾਲ ਕਈ ਵਾਰ ਗਾਲੀ ਗਲੋਚ ਵੀ ਕੀਤਾ ਗਿਆ। ਹਾਰ ਕੇ ਜਦੋਂ ਕਿਹਾ ਤਾਂ ਉਸਨੇ 10000 ਰੁਪਏ ਦੀ ਮੰਗ ਕਰ ਦਿੱਤੀ, ਜਿਸ ਤੋਂ ਬਾਅਦ ਉਸਨੇ ਆਲੇ ਦੁਆਲੇ ਦੇ ਘਰਾਂ ਦੇ ਵਿੱਚੋਂ ਕਿਸੇ ਦੇ ਘਰੋਂ 500 ਕਿਸੇ ਦੇ ਘਰੋਂ 1000 ਰੁਪਏ ਇਕੱਠੇ ਕਰਕੇ ਇਸ ਜੇਈ ਨੂੰ ਦੇਣ ਦੇ ਲਈ 7000 ਰੁਪਏ ਇਕੱਠੇ ਕੀਤੇ ਅਤੇ ਜਦੋਂ ਫੋਨ ਕੀਤਾ ਤਾਂ ਉਸਨੇ 3 ਵਜੇ ਦਾ ਸਮਾਂ ਰੱਖਿਆ ਤੇ ਜਦੋਂ ਪੈਸੇ ਦੇਣ ਦੇ ਲਈ ਗਿਆ ਤਾਂ ਵਿਜੀਲੈਂਸ ਵਿਭਾਗ ਦੇ ਅਧਿਕਾਰੀਆਂ ਨੇ ਇਸ ਨੂੰ ਕਾਬੂ ਕਰ ਲਿਆ। ਤਾਂ ਦੱਸ ਦਈਏ ਕਿ ਫਾਜ਼ਿਲਕਾ ਤੋਂ ਇਹ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕਿ ਇੱਕ ਜੇਈ ਨੂੰ 7000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਸ਼ਰੇਆਮ ਕਾਬੂ ਕੀਤਾ ਗਿਆ। ਕੀ ਨਾਮ ਜੀ ਤੁਹਾਡਾ? ਮੇਰਾ ਨਾਮ ਸੱਜਣ ਸਿੰਘ ਹੈ ਜੀ। ਅੱਛਾ, ਕੀ ਮਾਮਲਾ ਕੀ ਸੀਗਾ ਜੀ? ਮਾਮਲਾ ਸੀ ਜੀ, ਪਹਿਲੇ ਅਸੀਂ ਮਹੀਨਾ 2 ਹੋ ਗਿਆ ਖੱਪਦੇ ਫਿਰਦੇ ਸੀਗੇ ਇੱਥੇ, ਆਉਂਦੇ ਸੀਗੇ ਰੋਜ਼ ਬਿਜਲੀ ਘਰ ਅਤੇ ਰੋਜ਼ ਜੇਈ ਨੂੰ ਕਹਿੰਦੇ ਸੀਗੇ ਵੀ ਸਾਨੂੰ ਸਮਾਨ ਜਾਂ ਕੋਈ ਸਾਨੂੰ ਐਸਟੀਮੇਟ ਬਣਾ ਕੇ ਦਿਓ। ਐਸਟੀਮੇਟ ਬਣ ਗਿਆ, ਉਹ ਤੋਂ ਬਾਅਦ ਸਾਨੂੰ 2 ਮਹੀਨੇ ਹੋ ਗਏ ਲਗਾਤਾਰ ਕਦੇ ਗੇੜਾ ਲਵਾ ਕੇ ਅਤੇ ਸਾਡੇ ਕੋਲ ਪੈਸੇ ਮੰਗਦਾ ਸੀ, ਕਹਿੰਦਾ ਪੈਸੇ ਦੇ ਦਿਓ ਤੁਹਾਨੂੰ ਸਮਾਨ ਅੱਜ ਦੇ ਦਿਆਂਗੇ। ਸਮਾਨ ਗਿਆ ਨੂੰ 15 ਦਿਨ ਹੋ ਗਿਆ ਜੀ, ਅਤੇ ਅੱਜ ਮਗਰ 15 ਦਿਨ ਹੋ ਕੇ ਭੱਜੇ ਫਿਰਦੇ ਹਾਂ ਵੀ ਟਰਾਂਸਫਰਮ ਦਿਓ। ਕਹਿੰਦਾ ਸਮਾਨ ਫਿੱਟ ਕਰ ਦਿਓ, ਉਦੋਂ ਬਾਅਦ ਅਸੀਂ ਤੁਹਾਨੂੰ ਟਰਾਂਸਫਰਮ ਦੇ ਦਿਆਂਗੇ। ਸਮਾਨ ਫਿੱਟ ਹੋਏ ਨੂੰ ਤਾਂ ਅੱਜ 5-6 ਦਿਨ ਹੋ ਗਿਆ ਅਤੇ ਟਰਾਂਸਫਰਮ ਫਿਰ ਨਹੀਂ ਮਿਲ ਰਿਹਾ। ਹੁਣ ਕੱਲ੍ਹ ਵੀ ਗਿਆ, ਪਰਸੋਂ ਵੀ ਗਿਆ ਸੀ ਅਤੇ ਅੱਜ ਵੀ ਮੌਕੇ 'ਤੇ ਅੱਜ ਤਾਂ ਫਿਰ ਜਿਵੇਂ ਕਹਿੰਦੇ ਫੜ ਲਿਆ ਅਤੇ ਪਰਸੋਂ ਕੱਲ੍ਹ ਜਿਹੜੇ ਅਸੀਂ ਗਿਆ ਸੀ, ਕੱਲ੍ਹ ਅਸੀਂ ਟਰਾਂਸਫਰਮ ਉਹਨਾਂ ਦੇ ਕੋਲ ਲੈ ਕੇ ਗਿਆ ਸੀ, ਕਹਿੰਦੇ ਤੁਹਾਡਾ ਨਿਕਲਿਆ ਪਿਆ ਵੀ ਅਸੀਂ ਕਿਹਾ ਵੀ ਪੈਸੇ ਮਾੜੇ ਮੋਟੇ ਵੀ 10000 ਦੀ ਉਹਨਾਂ ਡਿਮਾਂਡ ਕੀਤੀ ਆ ਅਤੇ ਵੀ 7000 ਸਾਡੇ ਕੋਲ ਇਕੱਠਾ ਹੋ ਗਿਆ। ਕਹਿੰਦਾ 7000 ਤੁਸੀਂ ਲੈ ਕੇ ਆ ਜਾਓ ਮੇਰੇ ਕੋਲ ਅਤੇ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਲੈ ਕੇ ਆ ਜਾਵਾਂਗਾ ਜੀ। 7000 ਤੁਸੀਂ ਕਿੱਥੋਂ ਕਿੱਥੋਂ ਇਕੱਠਾ ਕੀਤਾ? ਇਹ ਅਸੀਂ ਉਹ ਤੋਂ ਘਰਾਂ 'ਚ ਹੀ ਕੀਤਾ ਜੀ। ਕਿੰਨੇ ਕਿੰਨੇ ਪੈਸੇ ਪਾਏ ਲੋਕਾਂ ਨੇ? ਲੋਕਾਂ ਨੇ ਕਿਸੇ 2000 ਪਾਇਆ, ਕਿਸੇ 1000 ਪਾਇਆ ਜੀ। ਕਿਹੜੇ ਤਰ੍ਹਾਂ ਦਾ ਮਾਮਲਾ ਜੀ ਇਹ? ਮੰਡੀ ਚਾਨਣ ਵਾਲੇ ਦਾ ਮਾਮਲਾ ਜੀ। ਅੱਛਾ, ਕਿੰਨੇ ਘਰ ਸੀਗੇ ਜਿਨ੍ਹਾਂ ਕੋਲੋਂ ਪੈਸੇ ਇਕੱਠੇ ਕੀਤੇ ਸੀ? ਅਸੀਂ ਉਹ ਹੈਗਾ 6-7 ਘਰ ਹੈਗੇ ਆ ਜੀ, ਜਿਹਦੇ ਵਿੱਚ ਹਾਲੇ ਰਹਿੰਦੇ ਆ ਘਰ ਕੁਛ ਮਾੜੇ ਮੋਟੇ। ਅੱਛਾ, ਹਾਂਜੀ। ਕੀ ਗੱਲਬਾਤ ਕੀ ਹੋਈ ਸੀਗੀ ਤੁਹਾਡੀ ਇਹਦੇ ਨਾਲ? ਹਾਂਜੀ, ਗੱਲਬਾਤ ਇਹੀ ਕਹੀ ਸੀ ਕਿ ਵੀ ਤੁਸੀਂ ਪੈਸੇ ਲਿਆਓ ਤਾਂ ਤੁਹਾਨੂੰ ਸਾਰਾ ਕਨੈਕਸ਼ਨ ਚਾਲੂ ਕਰਾ ਦਿਆਂਗੇ ਨਾਲੇ। ਫਿਰ ਉਦੋਂ ਬਾਅਦ ਤੁਸੀਂ ਕੀ ਕੀਤਾ? ਅਸੀਂ ਬਸ ਇੱਥੇ ਆਉਂਦੇ ਰਹੇ, ਅਸੀਂ ਗੇੜੇ ਲਾਉਂਦੇ ਰਹੇ, ਸਾਨੂੰ ਝਿੜਕਾਂ ਗਾਲੀ ਬੇਪੜਦ ਬੋਲਦਾ ਸੀ, ਧੀਆਂ ਦੀ ਗਾਲੀ ਕੱਢਦਾ ਸੀ, ਭੈਣਾਂ ਦੀ ਗਾਲੀ ਕੱਢਦਾ ਸੀ, ਅਸੀਂ ਫਿਰ ਚਲੇ ਜਾਂਦੇ ਸੀ। ਵਿਜੀਲੈਂਸ ਕੋਲ ਕਿੰਨੇ ਭੇਜਿਆ ਤੁਹਾਨੂੰ? ਵਿਜੀਲੈਂਸ ਨੇ ਸਾਨੂੰ MLA ਸਭ ਨੇ ਭੇਜਿਆ, ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੋ ਸਾਨੂੰ ਇਹਨੇ ਵਿਜੀਲੈਂਸ ਕੋਲ ਭੇਜਿਆ ਅਤੇ ਸਾਡੇ ਇਹ ਇੰਨੀ ਮਦਦ ਤਾਂ ਕਰਾਈ MLA ਸਭ ਨੇ ਅਤੇ ਅੱਜ ਰੰਗੇ 'ਤੇ ਫੜਾਤਾ ਜੀ। ਹੁਣ ਕੀ ਚਾਹੁੰਦੇ ਜੀ ਤੁਸੀਂ? ਜਿਵੇਂ ਹੁਣ ਪਕੜਿਆ ਗਿਆ ਜੀ ਅਤੇ ਉਹਨੂੰ ਸਖ਼ਤ ਸਜ਼ਾ ਦਿੱਤੀ ਜੀ ਤੇ ਉਹ ਘੱਟੇ ਕੀਤੇ ਨੇ ਮਾੜੇ ਮੋਟੇ 6-7000 ਰੁਪਈਆ ਬਣਿਆ ਤੇ ਕਿਵੇਂ ਕਰਨਾ ਹੁਣ? ਕੋਈ ਗੱਲ
ਟ੍ਰਾਂਸਫਾਰਮਰ ਜਿਹੜਾ ਬਿਜਲੀ ਦਫ਼ਤਰ ਦੇ ਵਿੱਚ ਗਡਾਊਨ ਹੁੰਦਾ ਉੱਥੋਂ ਕਢਵਾਉਣ ਲਈ ਇਹਨਾਂ ਨੂੰ 10,000 ਰੁਪਇਆ ਇਕੱਠਾ ਕਰਨ ਲਈ ਕਿਹਾ ਔਰ ਫੋਨ 'ਤੇ ਰਿਕਾਰਡਿੰਗ ਇਹਨਾਂ ਨੇ ਕੀਤੀ ਕਿ ਪੈਸੇ ਲੈ ਕੇ ਆ ਜਾਓ, ਪੈਸੇ ਫੜ ਲਓ ਅਤੇ ਮੈਂ ਕਢਵਾ ਦਿੰਦਾ ਟ੍ਰਾਂਸਫਾਰਮ। ਤਾਂ ਇਹਨਾਂ ਨੇ ਜਦੋਂ ਇਹ ਸਾਨੂੰ ਸ਼ਿਕਾਇਤ ਕੀਤੀ ਤਾਂ ਇਹਨਾਂ ਦਾ ਕਹਿਣਾ ਸੀਗਾ ਤੁਸੀਂ MLA ਸਾਹਿਬ ਆਪ ਇਹਨਾਂ ਨੂੰ ਫੜੀਏ ਆਪਾਂ ਰੰਗੇ ਹੱਥੀ, ਪਰ ਉਸ ਵਿੱਚ ਕਈ ਮੈਨੂੰ ਲੱਗਿਆ ਕਾਨੂੰਨੀ ਖਾਮੀਆਂ ਰਹਿ ਸਕਦੀਆਂ ਨੇ, ਤਾਂ ਇਹਨਾਂ ਨੂੰ ਮੈਂ ਵਿਜੀਲੈਂਸ ਦੇ ਅਧਿਕਾਰੀਆਂ ਕੋਲ ਭੇਜਿਆ, ਉੱਥੇ ਸ਼ਿਕਾਇਤ ਇਹਨਾਂ ਨੇ ਕੀਤੀ। ਤਾਂ ਅੱਜ ਸ਼ਾਮ ਨੂੰ ਉਸ ਜਈ ਨੂੰ 7,000 ਰੁਪਏ ਲੈਂਦੇ ਰੰਗੇ ਹੱਥੀ ਵਿਜੀਲੈਂਸ ਨੇ ਫੜਿਆ। ਤਾਂ ਇਹਨਾਂ ਨੇ ਉਹਨਾਂ ਨੂੰ ਕਿਹਾ 6-7 ਹਜ਼ਾਰ ਜਿਹੜਾ ਸਾਡੇ ਕੋਲ ਇਕੱਠਾ ਹੋਇਆ। ਤਾਂ ਉਹਨਾਂ ਨੇ ਜਿਹੜਾ ਜਈ ਸੀਗਾ ਕੁਲਵੀਰ ਸਿੰਘ, ਉਹਨੇ ਕਿਹਾ ਤੁਸੀਂ ਉਨੇ ਪੈਸੇ ਫੜੀ ਲਿਆਓ ਅਤੇ ਜਿਹੜਾ ਟ੍ਰਾਂਸਫਾਰਮਰ ਕਢਵਾ ਦਿੰਦੇ ਹਾਂ। ਇਸ ਤਰ੍ਹਾਂ ਜੀ ਜਿਵੇਂ ਪੰਜਾਬ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਦੇ ਖਿਲਾਫ ਬਹੁਤ ਸਖ਼ਤ ਕਾਰਵਾਈ ਕਰਨ ਲਈ ਹਦਾਇਤਾਂ ਕੀਤੀਆਂ ਗਈਆਂ ਨੇ, ਉਸੇ 'ਤੇ ਅਸੀਂ ਵਿਜੀਲੈਂਸ ਵਿਭਾਗ ਵੱਲੋਂ ਮਾਣਯੋਗ ਚੀਫ ਡਾਇਰੈਕਟਰ ਵਿਜੀਲੈਂਸ ਸ਼੍ਰੀ ਵਰਿੰਦਰ ਕੁਮਾਰ ਜੀ ਅਤੇ SSP ਸਰਦਾਰ ਹਰਪਾਲ ਸਿੰਘ ਜੀ ਉਹਨਾਂ ਦੀ ਰਹਿਨੁਮਾਈ 'ਚ ਅੱਜ ਇੱਕ ਸਾਡੇ ਕੋਲ ਇਨਫੋਰਮੇਸ਼ਨ ਆਈ ਸੀ ਫਾਜ਼ਿਲਕਾ ਤੋਂ। ਵਧਾਈ ਸੱਜਣ ਸਿੰਘ ਹੈ, ਉਹਦਾ ਪਿੰਡ ਮੰਡੀ ਹਜੂਰ ਸਿੰਘ ਹੈ, ਉਹਦੇ ਵੱਲੋਂ ਇਨਫੋਰਮੇਸ਼ਨ ਆਈ ਸੀ ਕਿ ਚਾਨਣ ਵਾਲੀ ਮੰਡੀ ਦੇ ਵਿੱਚ ਨਵਾਂ ਟ੍ਰਾਂਸਫਾਰਮ ਇੱਕ ਲਗਾਇਆ ਜਾਣਾ ਸੀ ਅਤੇ ਉਸ ਏਰੀਏ ਦਾ ਜੋ JE ਹੈ ਕੁਲਬੀਰ ਸਿੰਘ ਉਹਦੇ ਵੱਲੋਂ ਟ੍ਰਾਂਸਫਾਰਮ ਨਵਾਂ ਲਗਾਉਣ ਦੇ ਬਦਲੇ 10,000 ਦੀ ਰਿਸ਼ਵਤ ਮੰਗੀ ਜਾ ਰਹੀ ਹੈ, ਜਿਹਦੇ ਵਿੱਚ ਉਹਨਾਂ ਨੇ ਆਪਦੇ ਪਿੰਡ ਵਾਲਿਆਂ ਤੋਂ 7,000 ਰੁਪਇਆ ਇਕੱਠਾ ਕਰ ਲਿਆ ਸੀ ਅਤੇ ਅੱਜ ਉਹ 7,000 ਰੁਪਇਆ ਕੁਲਬੀਰ ਸਿੰਘ ਨੇ ਉਹਦੇ ਕੋਲ ਲਿਆ ਸੀ ਅਤੇ ਜਿਸ ਵਿੱਚ ਸਾਡੀ ਟੀਮ ਹੈ ਇੰਸਪੈਕਟਰ ਮੋਹਿਤ ਧਵਨ ਜੀ, AC ਕ੍ਰਿਸ਼ਨ ਕੁਮਾਰ ਅਤੇ ਹੋਰ ਸਾਡੀ ਜੋ ਟੀਮ ਹੈ ਵਿਜੀਲੈਂਸ ਬਿਊਰੋ ਰੇਂਜ ਫਿਰੋਜ਼ਪੁਰ ਦੀ, ਉਹਨਾਂ ਨੇ ਇਸ ਨੂੰ ਰੰਗੇ ਹੱਥੀ ਗ੍ਰਿਫਤਾਰ ਕੀਤਾ, ਕਾਬੂ ਕਰਕੇ ਇਸ ਕੋਲੋਂ ਕਰੰਸੀ ਵੀ 7,000 ਦੀ ਬਰਾਮਦ ਕੀਤੀ ਹੈ ਅਤੇ ਉਸ ਦੇ ਤਹਿਤ ਇਹ ਕਾਰਵਾਈ ਕੀਤੀ ਜਾ ਰਹੀ ਹੈ। ਸਰਕਾਰੀ ਗਵਾਹਾਂ ਦੇ ਸਾਹਮਣੇ ਇਸ ਨੂੰ ਰੰਗੇ ਹੱਥੀ ਗ੍ਰਿਫਤਾਰ ਕੀਤਾ। ਇਹ ਕਚਹਿਰੀ ਫਾਜ਼ਿਲਕਾ ਦੇ ਵਿੱਚ ਕਚਹਿਰੀ ਦੇ ਸਾਹਮਣੇ ਪੰਜਾਬ ਗਨ ਹਾਊਸ ਹੈ ਉਹਦੇ ਨਾਲ। ਇਹਨੂੰ ਪੰਜਾਬ ਸਰਕਾਰ ਦੀਆਂ ਵੀ ਹਦਾਇਤਾਂ ਨੇ, ਸਾਡਾ ਵਿਜੀਲੈਂਸ ਵਿਭਾਗ ਵੀ ਇਸ ਕੰਮ ਦੇ ਲਈ ਕਾਫੀ ਸਰਗਰਮ ਹੈ, ਸਾਡੇ ਵੱਲੋਂ ਦਿਨ ਰਾਤ ਇੱਕ ਮਿਹਨਤ ਕੀਤੀ ਜਾ ਰਹੀ ਹੈ, ਸਾਡੇ ਵੱਲੋਂ ਪੂਰੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਕਿ ਇਸ ਤਰ੍ਹਾਂ ਦੇ ਜੋ ਕਰਪਸ਼ਨ ਦੇ ਮਾਮਲੇ ਨੇ ਉਹ ਖਤਮ ਕੀਤੇ ਜਾਣ, ਸਾਡੀ ਇਹ ਮੁਹਿੰਮ ਜਾਰੀ ਰਹੇਗੀ। ਬਾਕੀ ਅਸੀਂ ਪਬਲਿਕ ਨੂੰ ਵੀ ਇਸ ਗੱਲ ਦੀ ਅਪੀਲ ਕਰਦੇ ਹਾਂ ਕਿ ਇਹਦੇ ਵਿੱਚ ਵਿਜੀਲੈਂਸ ਵਿਭਾਗ ਨੂੰ ਆਪਣਾ ਸਹਿਯੋਗ ਦੇਣ, ਕਿਉਂਕਿ ਪਬਲਿਕ ਦੇ ਸਹਿਯੋਗ ਦੇ ਬਿਨਾਂ ਇਹ ਜਿਹੜੇ ਕਾਰਜ ਸਿਰੇ ਨਹੀਂ ਚੜ੍ਹਦੇ ਹੁੰਦੇ। ਇਸ ਲਈ ਲੋਕਾਂ ਨੂੰ ਅਪੀਲ ਹੈ ਵੀ ਸਾਡਾ ਵੱਧ ਤੋਂ ਵੱਧ ਸਾਥ ਦਿਓ, ਅਸੀਂ ਤੁਹਾਡੇ ਭਲੇ ਲਈ ਕੰਮ ਕਰ ਰਹੇ। ਟ੍ਰਾਂਸਫਾਰਮ ਦਾ ਜੇ ਸਮਾਨ ਕਢਾਇਆ ਸੀ ਜੀ, ਸਮਾਨ ਕੱਲ੍ਹ ਇਹਨਾਂ ਨੇ ਦੇ ਦਿੱਤਾ ਸੀ ਅਤੇ ਟ੍ਰਾਂਸਫਾਰਮ ਅਜੇ ਲੱਗਣਾ, ਪਿੰਡ ਦਾ ਸੀ ਸਾਂਝਾ ਟ੍ਰਾਂਸਫਾਰਮ। ਉਹਨਾਂ ਨੂੰ ਮੈਂ ਇਹ ਅਪੀਲ ਕਰਨਾ ਚਾਹੁੰਦਾ ਕਿ ਇਸ ਤਰ੍ਹਾਂ ਦੇ ਜੋ ਰਿਸ਼ਵਤਖੋਰ ਅਫਸਰ ਨੇ ਉਹਨਾਂ ਨੂੰ ਬਿਲਕੁਲ ਰਿਸ਼ਵਤ ਨਹੀਂ ਦੇਣੀ ਚਾਹੀਦੀ। ਜੇ ਇਸ ਤਰ੍ਹਾਂ ਉਹਨਾਂ ਕੋਲ ਕੋਈ ਧੱਕੇ ਦੇ ਨਾਲ ਕੋਈ ਇਸ ਤਰ੍ਹਾਂ ਦੇ ਪੈਸੇ ਮੰਗਦਾ, ਰਿਸ਼ਵਤ ਮੰਗਦਾ, ਤਾਂ ਵਿਜੀਲੈਂਸ ਵਿਭਾਗ ਦੇ ਨਾਲ ਸੰਪਰਕ ਕਰੋ। ਮਾਣਯੋਗ ਮੁੱਖ ਮੰਤਰੀ ਨੇ ਇਹਦੇ ਲਈ ਟੋਲ ਫਰੀ ਐਂਟੀ ਕਰਪਸ਼ਨ ਨੰਬਰ ਵੀ ਜਾਰੀ ਕੀਤਾ, 95012000200। ਉਸ ਦੇ ਇਲਾਵਾ 1800 1000 1000 ਟੋਲ ਫਰੀ ਨੰਬਰ ਨੇ। ਕਿਸੇ ਤਰੀਕੇ ਕਾਫੀ ਤਰੀਕੇ ਮਤਲਬ ਅਸੀਂ ਰੱਖੇ ਹੋਏ ਨੇ, ਉਹਦੇ ਅੰਦਰ ਸਾਨੂੰ ਇਨਫੋਰਮੇਸ਼ਨ ਦੇ ਦਿੱਤੀ ਜਾਵੇ। ਇਹੋ ਜਿਹੜੇ ਅਧਿਕਾਰੀ ਕਰਮਚਾਰੀ ਨੇ ਉਹਨਾਂ ਦੇ ਖਿਲਾਫ ਪੂਰੀ ਵਕੀਲ ਕਸੀ ਹੈ। ਇਸ ਦੇ ਵਿੱਚ ਦੋ ਸਰਕਾਰੀ ਗਵਾਹ ਨੇ ਜੀ, ਇੱਕ ਤਾਂ SDO ਸਾਹਿਬ ਨੇ ਜੀ, ਇੱਕ SDO ਸਾਹਿਬ ਨੇ, ਦੂਸਰੇ ਵੈਟਰੀ ਡਾਕਟਰ ਨੇ ਜੀ। ਇਹਨਾਂ ਦੋਨਾਂ ਨੂੰ ਹੀ ਸਰਕਾਰੀ ਗਵਾਹ ਇਹਨਾਂ ਦੀ ਸਾਹਮਣੇ ਜੋ ਸਾਰ